ਅੱਜ ਆਪਾਂ ਸਿੱਖਾਂਗੇ ਫਰਦ ਵਿੱਚੋਂ ਜ਼ਮੀਨ ਦਾ ਹਿੱਸਾ ਕਿਵੇਂ ਕੱਢਿਆ ਜਾਂਦਾ। ਤੁਸੀਂ ਦੇਖਣਾ ਚਾਹੁੰਦੇ ਹਾਂ ਤੁਹਾਡੇ ਨਾਲ ਜ਼ਮੀਨ ਕਿੰਨੀ ਆ, ਫਰਦ ਕਿਵੇਂ ਦੇਖ ਸਕਦੇ ਹਾਂ, ਅੱਜ ਦੀ ਵੀਡੀਓ 'ਚ ਦੱਸਾਂਗੇ। ਸਭ ਤੋਂ ਪਹਿਲਾਂ ਫਰਦ ਦੇ ਇੱਧਰ ਸਾਈਡ ਸਟਾਰਟਿੰਗ 'ਚ ਇੱਥੇ ਹਿੱਸੇ ਲਿਖੇ ਵੇ ਹੁੰਦੇ ਨੇ, ਅਤੇ ਇੱਧਰ ਆਉਂਗੇ ਤਾਂ ਨੀਚੇ ਰਕਬਾ, ਥੱਲੇ ਇੱਥੇ ਰਕਬਾ ਲਿਖਿਆ ਵਿਆ ਹੋਊਗਾ, ਠੀਕ ਹੈ। ਜਾਂ ਫਿਰ ਪੇਜ ਦੇ ਦੂਜੀ ਸਾਈਡ ਵੀ ਹੋ ਸਕਦਾ। ਅਤੇ ਫਰਦ ਕਿਸੇ ਦੀ ਇੱਕ ਪੇਜ ਦੀ ਹੁੰਦੀ ਹੈ, ਕਿਸੇ ਦੀ 10 ਪੇਜ ਦੀ, ਕਿਸੇ ਦੀ 15 ਪੇਜਾਂ ਦੀ। ਉਹ ਮੈਂ ਤੁਹਾਨੂੰ ਇੱਕ ਪੇਜ ਦਾ ਦੱਸ ਦਿੰਦਾ ਕਿੱਦਾਂ ਕੱਢਣਾ, ਉਸ ਤੋਂ ਬਾਅਦ ਤੁਸੀਂ ਸਾਰਿਆਂ ਦੇ ਕੱਢ ਕੇ ਜੋੜ ਲਾ ਕੇ ਦੇਖ ਸਕਦੇ ਹੋ। ਅਤੇ ਹਿੱਸਾ ਕੱਢਣ ਲਈ ਜਹਾਂ ਇੱਥੇ ਦੇਖੋ ਜਿੱਦਾਂ ਲਿਖਿਆ ਹੋਇਆ 47 ਕਨਾਲ 12 ਮਰਲੇ, ਆਪਾਂ ਨੇ 47 ਕਨਾਲਾਂ ਜਿਹੜਾ ਇਹਨੂੰ ਪਹਿਲਾਂ ਇਹਨੂੰ ਵੀ ਮਰਲਿਆਂ ਵਿੱਚ ਕਨਵਰਟ ਕਰ ਲੈਣਾ। ਇੱਥੇ ਮੈਂ 47 ਲਿਖਦਾ, 47 ਨੂੰ ਗੁਣਾ ਕਰ ਲੈਣਾ 20 ਨਾਲ। 47 ਨੂੰ 20 ਨਾਲ ਗੁਣਾ ਕਰੂੰਗੇ, ਇਹ ਬਣ ਗਿਆ 940। ਇਹਨੂੰ ਮਰਲਿਆਂ 'ਚ ਆਪਾਂ ਨੇ ਕਨਵਰਟ ਕਰ ਲਿਆ 47 ਕਨਾਲਾਂ ਨੂੰ, ਅਤੇ 12 ਮਰਲੇ ਹੋਰ ਨੇ, ਇਹਨੂੰ ਵੀ ਆਪਾਂ ਇਹ 'ਚ ਜੋੜ ਲੈਂਦੇ ਹਾਂ। ਇਹ ਜੋੜ ਕੇ ਬਣ ਗਿਆ 952 ਮਰਲੇ ਟੋਟਲ ਹੋ ਗਏ। ਇਹ 'ਚੋਂ ਆਪਾਂ ਹਿੱਸਾ ਕੱਢਣਾ, ਹੁਣ ਮੰਨ ਲਓ ਇਹ ਵਿਅਕਤੀ ਦਾ ਕੱਢਣਾ, ਠੀਕ ਆ। ਇਹਦੇ ਕੱਢਣ ਲਈ ਪਹਿਲਾਂ ਤਾਂ ਜਿਹੜਾ ਆਹ ਹੈ ਮੂਹਰੇ ਹੋਊਗਾ ਜਿਹੜਾ 2800/78। ਤੁਹਾਡੀ ਫਰਦ 'ਚ ਕੁਛ ਹੋਰ ਵੀ ਹੋ ਸਕਦਾ, ਸਾਰੀਆਂ 'ਚ ਇੱਕੋ ਚੀਜ਼ ਨਹੀਂ ਹੁੰਦੀ। ਇਹਦੇ ਨਾਲ ਆਪਾਂ ਨੇ ਗੁਣਾ ਕਰਨਾ ਹੁਣ 952, ਇਹਨੂੰ ਗੁਣਾ ਕਰ ਦਿੰਦੇ ਹਾਂ 2878। ਗੁਣਾ ਕਰੇ ਤਾਂ ਜਿਹੜਾ ਇਹਦਾ ਆਂਸਰ ਆਊਗਾ ਉਹ ਆਊਗਾ 27 3 9 8 5 6, ਇਹਦਾ ਉੱਤਰ ਆਊਗਾ, ਠੀਕ ਆ। ਹੁਣ ਇਹਨੂੰ ਆਪਾਂ ਨੇ ਭਾਗ ਕਰਨਾ, ਇੱਧਰ ਥੱਲੇ ਲਿਖ ਲੈਂਦੇ ਹਾਂ, ਇੱਧਰ ਅੱਗੇ ਪੇਜ ਸਾਫ ਨਹੀਂ, ਇੱਥੇ ਤੋਂ ਸਟਾਰਟਿੰਗ ਕਰ ਲੈਂਦੇ। ਇਹਨੂੰ ਆਪਾਂ ਨੇ ਹੁਣ ਭਾਗ ਕਰਨਾ ਜਿਹੜਾ, ਆ ਦੇਖੋ ਇਹਦੇ ਪਿੱਛੇ ਲਿਖਿਆ ਪਿਆ ਨਾ 11511। ਇਹਦੇ ਨਾਲ ਹੁਣ ਜਿਹੜਾ ਆਪਣਾ ਆਂਸਰ ਆਇਆ ਤਾ ਇਹਨੂੰ ਇਹਦੇ ਨਾਲ ਭਾਗ ਕਰਨਾ ਹੁੰਦਾ ਹੈ, ਉਹ ਮੈਂ ਇੱਥੇ ਲਿਖ ਲੈਂਦਾ ਜਿਹੜਾ ਆ ਸੀਗਾ, ਆਹ ਇੱਥੇ ਲਿਖ ਲੈਂਦਾ 11511। ਇਹਨੂੰ ਭਾਗ ਦਿੱਤੇ ਅਤੇ ਇਹਦਾ ਆਂਸਰ ਆ ਜਾਣਾ 2380। ਇਹ ਮਰਲੇ ਹੋ ਗਏ 2380 ਮਰਲਿਆਂ ਦਾ ਇਹ ਮਾਲਕ। ਆਪਾਂ ਇਹਨੂੰ ਕਨਾਲਾਂ 'ਚ ਕਨਵਰਟ ਕਰਕੇ ਦੇਖਦੇ ਹਾਂ। ਇਹਨੂੰ ਕਨਾਲਾਂ 'ਚ ਕਨਵਰਟ ਕਰਨ ਲਈ ਇਹਨੂੰ ਭਾਗ ਦੇਵਾਂਗੇ 20 'ਤੇ, 20 'ਤੇ ਭਾਗ ਦਿੱਤੇ ਅਤੇ ਇਹਦਾ ਆਂਸਰ ਆਊਗਾ 11 ਕਨਾਲਾਂ 9 ਮਰਲੇ। ਇਹ ਇੱਕ ਬੰਦੇ ਦਾ ਹਿੱਸਾ ਉੱਪਰ ਵਾਲੇ ਦਾ ਨਿਕਲ ਗਿਆ, ਠੀਕ ਹੈ। ਇਹ ਜ਼ਮੀਨ ਵਿੱਚੋਂ 47 ਕਨਾਲਾਂ 12 ਮਰਲਿਆਂ ਵਿੱਚੋਂ ਇਹਦਾ ਹਿੱਸਾ ਨਿਕਲਿਆ, ਠੀਕ ਹੈ। ਇੰਨਾ 11 ਕਨਾਲਾਂ 9 ਮਰਲੇ ਦਾ ਇਹ ਮਾਲਕ ਆ। ਇਸ ਤਰ੍ਹਾਂ ਤੁਸੀਂ ਕਿਸੇ ਦਾ ਵੀ ਹਿੱਸਾ ਕੱਢ ਸਕਦੇ ਹਾਂ। ਵੀਡੀਓ ਚੰਗਾ ਲੱਗਿਆ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।